ਮਾਰਕਫੈੱਡ ਦੇ ਜ਼ਿਲ੍ਹਾ ਅਧਿਕਾਰੀ ਖਿਲਾਫ ਲੱਗੇ ਸਰੀਰਕ ਸ਼ੋਸ਼ਣ ਦੇ ਦੋਸ਼। ਮਾਰਕਫੈੱਡ ਦੇ ਇੱਕ ਜ਼ਿਲ੍ਹਾ ਅਧਿਕਾਰੀ ਖਿਲਾਫ ਉਸਦੇ ਦਫ਼ਤਰ ਵਿੱਚ ਹੀ ਕੰਮ ਕਰਨ ਵਾਲੀ ਇੱਕ ਔਰਤ ਵੱਲੋਂ ਸਰੀਰਕ ਸ਼ੋਸ਼ਣ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਪੁਲਿਸ ਵੱਲੋਂ ਔਰਤਾਂ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ACP ਪੱਧਰ ਦੀ ਔਰਤ ਪੁਲਿਸ ਅਧਿਕਾਰੀ ਦੀ ਅਗਵਾਈ ਹੇਠ 3 ਮੈਂਬਰੀ ਕਮੇਟੀ ਗਠਿਤ ਕਰਕੇ ਜਾਂਚ ਦੇ ਆਦੇਸ਼ ਦਿੱਤੇ ਹਨ। ਮਿਲੇ ਵੇਰਵਿਆਂ ਅਨੁਸਾਰ ਮਾਰਕਫੈੱਡ ਦੇ ਸੀਨੀਅਰ ਸਹਾਇਕ ਦੇ ਅਹੁਦੇ ਉੱਤੇ ਤਾਇਨਾਤ ਇੱਕ ਔਰਤ ਮੁਲਾਜ਼ਮ ਨੇ ਦੱਸਿਆ ਕਿ ਉਕਤ ਅਧਿਕਾਰੀ, ਜਿਸ ਨੇ ਪਿਛਲੇ 6-7 ਮਹੀਨਿਆਂ ਤੋਂ ਇੱਥੇ ਜੁਆਇਨ ਕੀਤਾ ਹੈ, ਉਸ ਉੱਤੇ ਬੁਰੀ ਨਜ਼ਰ ਰੱਖਦਾ ਹੈ। ਉਸਨੇ ਕਿਹਾ ਕਿ ਇਸ ਬਾਰੇ ਉਸਨੇ ਕਿਸੇ ਨੂੰ ਕੁਝ ਨਹੀਂ ਦੱਸਿਆ, ਪਰ ਬੀਤੇ 26 ਅਕਤੂਬਰ ਨੂੰ ਜਦੋਂ ਉਹ ਛੁੱਟੀ ਲੈਣ ਲਈ ਗਈ ਸੀ ਤਾਂ ਉਕਤ ਅਧਿਕਾਰੀ ਨੇ ਉਸ ਨਾਲ ਅਸ਼ਲੀਲ ਹਰਕਤ ਕੀਤੀ, ਜਿਸ ਦਾ ਉਸਨੇ ਵਿਰੋਧ ਕੀਤਾ ਤੇ ਘਰ ਜਾ ਕੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ, ਜਿਸ ਉਪਰੰਤ ਉਹਨਾਂ ਵੱਲੋਂ ਇਸ ਮਾਮਲੇ ਦੀ ਰਿਪੋਰਟ ਪੁਲਿਸ ਨੂੰ ਕੀਤੇ ਜਾਣ ਤੋਂ ਇਲਾਵਾ ਜ਼ਿਲ੍ਹਾ ਮੈਨੇਜਰ ਖਿਲਾਫ਼ ਡਾਇਰੈਕਟਰ ਮਾਰਕਫੈੱਡ ਕੌਮੀ ਔਰਤ ਕਮਿਸ਼ਨ DC ਅੰਮ੍ਰਿਤਸਰ ਨੂੰ ਵੀ ਭੇਜੀ ਗਈ ਹੈ। ਅੰਮ੍ਰਿਤਸਰ ਤੋਂ ਅਜੀਤ ਵੈੱਬ TV ਲਈ ਜਤਿੰਦਰ ਸਿੰਘ ਦੀ ਰਿਪੋਰਟ। ਰਵਿੰਦਰ ਜੀ, ਕਾਫੀ ਟਾਈਮ ਤੋਂ ਬੁਰੀ ਨਜ਼ਰ ਨਾਲ ਦੇਖਦੇ ਰਹਿੰਦੇ ਸੀ। ਜਦੋਂ ਵੀ ਆਫਿਸ 'ਚ ਇਹਨਾਂ ਦੇ ਕਮਰੇ 'ਚ ਜਾਓ ਤਾਂ ਇਹਨਾਂ ਕਾਫੀ ਟਾਈਮ ਖਿਲਾਰ ਛੱਡਣਾ, ਕੁਛ ਬੈਠਾ ਵੀ ਹੋਵੇ ਬੰਦਾ ਤਾਂ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਤੁਸੀਂ ਬਾਹਰ ਵੇਟ ਕਰ ਲਓ, ਨਹੀਂ ਇੱਥੇ ਬਹਿ ਜਾਓ, ਮੈਂ ਬਾਅਦ 'ਚ ਤੁਹਾਡੇ ਨਾਲ ਗੱਲ ਕਰਦਾ, ਬਿਠਾ ਛੱਡਣਾ, ਬਾਹਰ ਨਹੀਂ ਜਾਣ ਦੇਣਾ। ਬਾਅਦ 'ਚੋਂ ਇੱਕ ਦਿਨ ਜਿੱਦਣ ਮੈਂ ਇਹ ਗੱਲ ਹੋਈ ਪਿਛਲੇ ਮੰਗਲਵਾਰ 23 ਤਰੀਕ ਨੂੰ, ਜਿੱਦਣ ਮੈਂ ਆਪਣੀ ਐਪਲੀਕੇਸ਼ਨ ਸਾਈਨ ਕਰਵਾਉਣ ਗਈ ਸੀ ਸਟੇਸ਼ਨ ਦੀ DM ਸਰ ਕੋਲ, ਅਤੇ DM ਸਰ ਨੇ ਪਹਿਲਾਂ ਪੁੱਛਿਆ ਕਿਹੜੀ ਹੈ, ਮੈਂ ਕਿਹਾ ਸਰ ਸਾਈਨ ਕਰ ਦਿਓ ਜਦੋਂ ਮੈਂ ਜਾਣਾ ਹੈ, ਅਤੇ ਉਹਨਾਂ ਨੇ ਸਾਈਨ ਕਰ ਦਿੱਤੀ। ਅਤੇ ਜਦ ਮੈਂ ਕਮਰੇ ਤੋਂ ਬਾਹਰ ਨਿਕਲਣ ਲੱਗੀ, ਬਸ ਜਦੋਂ ਰੌਲਾ ਪੈਣ ਡੇ DM ਸਰ ਨੇ ਤਰਨ ਤਾਰਨ ਜਾਣਾ, ਕਾਫੀ ਕਿ ਨੋਰਮਲ DM ਬਾਹਰ ਨਿਕਲ ਜਾਂਦੇ ਫਟਾਫਟ, ਇਹੋ ਜਿਹਾ ਸੋਚ ਕੇ ਨਹੀਂ ਕੋਈ ਇਨਸਾਨ ਜਾਂਦਾ ਕਿ ਕਮਰੇ 'ਚ ਵੀ ਹਾਦਸਾ ਹੋਣਾ। ਬਸ ਉਹਨਾਂ ਨੇ DM ਸਰ ਨੇ ਮੇਰੇ ਇਸ ਤਰ੍ਹਾਂ ਗੱਲਾਂ ਨੂੰ ਹੱਥ ਲਗਾਇਆ ਅਤੇ ਕਿਹਾ ਕਿ ਇਹ ਤਾਂ ਛੋਟੀ ਮੋਟੀ ਗੱਲ ਹੀ ਹੈ, ਸਾਈਨ ਕਰਨੇ ਚਿੱਠੀਆਂ, ਕੋਈ ਇਹੋ ਜਿਹੀ ਗੱਲ ਨਹੀਂ, ਟੈਨਸ਼ਨ ਨਾ ਲਓ ਚਿੱਠੀ ਇਹਦੀ ਛੁੱਟੀ ਦੇ ਤੋਂ। ਉਹਨਾਂ ਨੇ ਫਿਰ ਇਸ ਤਰ੍ਹਾਂ ਮੇਰੇ ਗੱਲਾਂ ਨੂੰ ਹੱਥ ਲਾਇਆ ਅਤੇ ਫਿਰ ਦੁਬਾਰਾ ਤੋਂ ਗੱਲਾਂ ਨੂੰ ਹੱਥ ਲਾ ਕੇ ਉਹਨਾਂ ਨੇ ਮੈਨੂੰ ਨੋਟਿਸ ਕਰ ਦਿੱਤਾ, ਅਤੇ ਮੈਂ ਇੰਨਾ ਕੁ ਡਰ ਗਈ, ਸਹਿਮ ਜਿਹਾ ਗਈ ਮੈਂ ਕਿ ਆਹ ਮੇਰੇ ਨਾਲ ਕੀ ਹੋ ਗਿਆ, ਜੋ ਸੋਚਿਆ ਹੀ ਨਹੀਂ। ਉਸੇ ਦੌਰਾਨ ਮੈਂ ਕਮਰੇ 'ਚ ਦਵਾ ਦਾ ਬਾਹਰ ਨਿਕਲ ਆਈ ਅਤੇ ਆਪਣੀ ਸੀਟ 'ਤੇ ਜਾ ਕੇ ਬਹਿ ਕੇ ਰੋਣ ਸ਼ੁਰੂ ਕਰ ਦਿੱਤਾ ਅਤੇ ਕੰਬਣ ਲੱਗ ਪਿਆ ਮੇਰਾ ਸਰੀਰ ਕਿ ਆਹ ਮੇਰੇ ਨਾਲ ਕੀ ਹੋ ਗਿਆ, ਡਰ ਦੇ ਨਾਲ ਮੈਂ। ਕਈ ਤਰੀਕਿਆਂ ਨਾਲ ਤੰਗ ਕੀਤਾ ਜਾਂਦਾ ਸੀ ਉਹਨਾਂ ਨੂੰ, ਉਹਨਾਂ ਨੂੰ ਵੀ ਅੰਦਰ ਬਿਠਾਇਆ ਜਾਂਦਾ ਸੀ, ਬਾਹਰ PO ਨੂੰ ਕਹਿ ਦਿੱਤਾ ਜਾਂਦਾ ਸੀ ਕਿ ਅੰਦਰ ਕਿਸੇ ਨੂੰ ਨਹੀਂ ਆਉਣਾ ਜਿੰਨਾ ਚਿਰ ਲੇਡੀ ਸਟਾਫ LED ਅੰਦਰ ਬੈਠੀ ਹੈਗੀ ਹੈ, ਉਹਨਾਂ ਨੂੰ ਇਹ ਕੀਤਾ ਜਾਂਦਾ ਸੀ। ਹਾਂਜੀ, ਕੰਪਲੇਂਟ ਕੀਤੀ ਉਹਨੇ, DC ਆਫਿਸ ਕੰਪਲੇਂਟ ਕੀਤੀ ਹੈ, ਮੰਤਰੀ ਸਾਹਿਬ ਨੂੰ ਵੀ ਮਿਲੇ ਹੈ, ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਪੂਰਾ ਸਾਨੂੰ ਵਿਸ਼ਵਾਸ ਦਵਾਇਆ, ਡਿਪਾਰਟਮੈਂਟ MD ਸਾਹਿਬ ਨੂੰ ਵੀ ਪਤਾ ਹੈ, ਪੁਲਿਸ ਕਮਿਸ਼ਨਰ ਉਹਨਾਂ ਨੂੰ ਵੀ ਦੱਸਿਆ ਹੋਇਆ ਸਾਰਾ। ਮਹਿਲਾ ਕਮਿਸ਼ਨਰ ਦੇ ਚੇਅਰਮੈਨ ਮੈਡਮ ਨੂੰ ਮਿਲੇ ਹੈਗੇ ਹਾਂ, ਉਹਨਾਂ ਨੂੰ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਹੈਗਾ ਕਿ ਇਹ ਤੁਹਾਡੇ ਨਾਲ ਨਾ ਹੀ ਦਵਾਇਆ ਜਾਊਗਾ। ਅਤੇ ਹਾਂਜੀ, ਅਸੀਂ ਅੱਜ ਬਿਆਨ ਦੇਣ ਜਾਣੇ ਸੀ, ਸਾਡੇ ਹੈੱਡ ਆਫਿਸ ਤੋਂ ਆਉਣਾ ਸੀ ਕੁਛ ਲੋਕਾਂ ਨੇ ਸਾਡੀ ਇਨਕੁਆਇਰੀ ਬ੍ਰਾਂਚ ਤੋਂ, ਅਤੇ ਸਾਡੇ ਬਿਆਨ ਲੈਣੇ ਸੀ ਜੋ ਹੋਇਆ ਸੀ ਇੱਥੇ ਦਫ਼ਤਰ ਵਿੱਚ, ਪਰ ਉਹ ਤੋਂ ਸਾਨੂੰ ਕਈ ਲੋਕਾਂ ਥਰੂ ਫੋਨ ਆ ਰਹੇ ਆ ਕਿ ਤੁਹਾਨੂੰ ਇੱਥੇ ਅੰਦਰ ਆਉਣ ਨਹੀਂ ਦਿੱਤਾ ਜਾਏਗਾ, ਦਰਵਾਜ਼ੇ ਬੰਦ ਕਰਕੇ ਦਿੱਤੇ ਜਾਣਗੇ ਕਿ ਇਹ ਡਰ ਜਾਣ ਅਤੇ ਭੱਜ ਜਾਣ, ਬਿਆਨ ਨਾ ਦੇ ਸਕਣ ਸਾਡੇ ਖਿਲਾਫ਼। ਕਈ ਸਪੋਰਟਰ ਹੈਗੇ ਉਹਨਾਂ ਦੇ, ਬਹੁਤ ਸਪੋਰਟਰ ਨੇ ਸਾਡੇ, ਕਲਾਸ 4 ਤੋਂ ਲੈ ਕੇ ਅੱਪ ਤੱਕ ਉਹਨਾਂ ਦੇ ਸਪੋਰਟਰ ਹੈਗੇ ਸਾਡੇ। ਕਈ ਤਰੀਕਿਆਂ ਨਾਲ ਕਮੈਂਟਿੰਗ ਕਰਨੀ, ਦਬਕੇ ਮਾਰ ਦੇਣੇ, ਕਈ ਕੁਛ ਕਰਦੇ ਹੈਗੇ ਆ, ਆ ਕੇ ਮੇਜ਼ਾਂ ਉੱਤੇ ਹੱਥ ਜ਼ੋਰ ਜ਼ੋਰ ਦੀ ਮਾਰਨਾ। ਹਾਂਜੀ, ਉਹ ਉਹਨਾਂ ਦੇ ਸਪੋਰਟ ਪਿੱਛੇ ਉਹ 1 PM ਤੱਕ ਸਾਨੂੰ ਵੱਧ ਘੱਟ ਬੋਲਦਾ ਮੈਡਮ। ਸਾਨੂੰ ਦੱਸਿਆ ਕਿ ਸਸਪੈਂਡ, ਸਾਨੂੰ ਸਸਪੈਂਡ ਹੁੰਦਾ ਹੈ ਕਿ ਸਾਨੂੰ ਟ੍ਰਾਂਸਫਰ, ਉਹਨਾਂ ਦੀ ਪਨਿਸ਼ਮੈਂਟ ਨਹੀਂ ਹੈ, ਫਿਰ ਵੀ ਸਾਡਾ ਹੱਥ ਜੋੜ ਕੇ ਰਿਕੁਐਸਟ ਹੈ, ਉਹਨਾਂ ਨੇ ਕਿਹਾ ਕਿ FIR ਦਰਜ ਹੋਏਗੀ, ਸਾਨੂੰ ਨਿਆਂ ਦਵਾਇਆ ਜਾਏਗਾ, ਫਿਊਚਰ ਵਿੱਚ ਕਿਸੇ ਵੀ ਔਰਤ ਨਾਲ ਕਿਤੇ ਕੋਈ ਹਾਂ ਇੱਦਾਂ ਨਾ ਗਲਤ ਨਾ ਹੋ ਸਕੇ ਕਿਸੇ ਵੀ ਔਰਤ ਨਾਲ। ਹੁਣ ਦੇਖੋ, ਮਾਰਕਫੈੱਡ ਦੀਆਂ ਜਿਹੜੀਆਂ ਬੱਚੀਆਂ ਆਈਆਂ ਨੇ ਅੱਜ ਸਾਡੇ ਕੋਲ ਕੰਪਲੇਂਟ ਲੈ ਕੇ ਕਿ ਇਹਨਾਂ ਨਾਲ ਸੈਕਸੁਅਲ ਹਰਾਸਮੈਂਟ MD ਦੁਆਰਾ ਕੀਤੀ ਗਈ ਹੈ, ਅਤੇ ਇਹ ਮੇਰੇ ਕੱਲ੍ਹ ਦਾ ਹੀ ਮੈਟਰ 'ਚ ਆਇਆ, ਕਿਸੇ ਨੇ ਮੈਨੂੰ ਸਨੀ ਨੇ ਮੈਨੂੰ ਫੋਨ 'ਤੇ ਦੱਸਿਆ ਕਿ ਇਸ ਤਰ੍ਹਾਂ ਬੱਚੀਆਂ ਨਾਲ ਹੋਈ ਹੈ, ਅਤੇ ਮੈਂ ਮਨਿਸਟਰ ਸਾਹਿਬ ਨਾਲ ਰਾਤੀ ਗੱਲ ਕੀਤੀ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਬੰਦਾ ਸਸਪੈਂਡ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ, ਹੋਰ ਵਾਜਿਬ ਕਾਰਵਾਈ ਵੀ ਕੀਤੀ ਜਾਏਗੀ ਉਸ ਬੰਦੇ ਦੇ ਨਾਲ। ਅਤੇ ਬਟ ਬੱਚੀਆਂ ਹੁਣ ਆਈਆਂ ਨੇ, ਇਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਜੋ ਸੈਕਸੁਅਲ ਹਰਾਸਮੈਂਟ ਪਿਛਲੇ ਕਾਫੀ ਟਾਈਮ ਤੋਂ ਕਰਦਾ ਰਿਹਾ, ਹੁਣ ਇਹਨਾਂ ਦੀ ਗੱਲ ਨਹੀਂ ਮੰਨਦੀਆਂ ਸੀ, ਲੜਕੀਆਂ ਦੀ ਗੱਲ ਨਹੀਂ ਮੰਨਦੀਆਂ ਸੀ ਜੋ ਚਾਹੁੰਦਾ ਸੀ, ਅਤੇ ਇਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਗਈ, ਇਹਨਾਂ ਨੂੰ ਹੋਰ ਇਹਨਾਂ 'ਤੇ ਲਾਂਛਨ ਵੀ ਲਾਏ ਗਏ, ਅਤੇ ਧਮਕੀਆਂ, ਹੁਣ ਇਹਨਾਂ ਨੂੰ ਧਮਕੀਆਂ ਵੀ ਆ ਰਹੀਆਂ ਨੇ ਕਿ ਤੁਸੀਂ ਬਿਆਨ ਬਦਲੋ, ਕੋਈ ਰਿਸ਼ਤੇਦਾਰ ਭੇਜ ਰਿਹਾ, ਕੋਈ ਟੈਲੀਫੋਨ ਦੁਆਰਾ ਬੱਚੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ।
ਜੋ ਕਿ ਕਿਸੇ ਵੀ ਹਾਲਤ ਬਰਦਾਸ਼ਤ ਯੋਗ ਨਹੀਂ ਹੈਗੀਆਂ। ਮੈਂ ਬਾਰ ਬਾਰ ਮੇਰੀ ਜਿਹੜੀ 3-4 ਦਿਨ ਪਹਿਲੇ ਇੱਕ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿੱਚ ਆਫਿਸ ਵਿੱਚ ਰੱਖੀ ਗਈ ਸੀ, ਉਹ ਵੀ ਇਸ ਮਾਮਲੇ ਨੂੰ ਲੈ ਕੇ ਰੱਖੀ ਗਈ ਸੀ ਕਿ ਜਿਹੜੀਆਂ 2013 'ਚ ਸੈਂਟਰ ਗੌਰਮੈਂਟ ਵੱਲੋਂ ਗਾਈਡਲਾਈਨ ਸੀ ਸੈਕਸੁਅਲ ਹਰਾਸਮੈਂਟ 'ਤੇ, ਉਹ ਇੱਦਾਂ ਦੇ ਮੈਟਰਸ ਨੂੰ ਲੈ ਕੇ ਹੀ ਸੀ ਕਿ ਹੁਣ ਉਹ ਮੇਰੀ ਪ੍ਰੈਸ ਕਾਨਫਰੰਸ ਤੋਂ ਬਾਅਦ ਬੜੇ ਸਾਰੇ ਮੈਟਰ ਨਿਕਲ ਕੇ ਅੱਗੇ ਆ ਰਹੇ ਨੇ। ਮੇਰੇ ਹੁਣ ਹੋਮ ਟਾਊਨ ਅੰਮ੍ਰਿਤਸਰ ਦਾ ਹੀ ਇਹ ਐਗਜ਼ਾਮਪਲ ਹੈ, ਲੜਕੀਆਂ ਨਾਲ ਜੇ ਪ੍ਰੋਬਲਮ ਹੋਈ ਹੈ ਕਿਸੇ ਦੀ ਵੀ ਜ਼ਰੂਰਤ ਨਹੀਂ ਹੈ। ਬੱਚੀਆਂ ਨੇ ਬੜਾ ਬੋਲਡ ਸਟੈਪ ਚੁੱਕਿਆ, ਮੈਂ ਚਾਹੁੰਦੀ ਹਾਂ ਕਿ ਬੜੀ ਜਾਇਜ਼ ਇਹਨਾਂ ਨਾਲ ਸਸਪੈਂਡ ਕਰਨਾ, ਤਾਂ ਚਲੋ ਸਸਪੈਂਡ ਤਾਂ ਹੋਏਗਾ ਹੀ, ਸਸਪੈਂਡ ਹੋਣ ਦੇ ਨਾਲ ਉਹਦੇ 'ਤੇ ਇੱਕ FIR ਵੀ ਐਜ ਸੂਨ ਐਜ ਹੋਣੀ ਚਾਹੀਦੀ ਹੈ। ਔਰ ਉਹ ਲੈਸਨ ਦੂਜਿਆਂ ਲਈ ਬਣਨਾ ਚਾਹੀਦਾ ਹੈ ਕਿ ਕੋਈ ਅਗਾਂਹ ਤੋਂ ਜ਼ਿੰਦਗੀ 'ਚ ਬੱਚੀਆਂ ਨਾਲ ਇੱਦਾਂ ਦੀ ਹਰਕਤ ਨਾ ਕਰ ਸਕੇ।